ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ। ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਇਸ ਨਾਲ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਇਆ ਕਰੇਗੀ। ਇਸ ਵੀਡੀਓ ਵਿੱਚ ਅਸੀਂ ਇਸ਼ਤਿਹਾਰ ਨੰਬਰ 04/2016 ਅਤੇ 3/2016 ਦੀ ਭਰਤੀ ਸੰਬੰਧੀ ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ, ਜਿਹੜਾ ਮਿਤੀ 24 ਅਗਸਤ 2018 ਤੋਂ ਮਿਤੀ 31 ਅਗਸਤ 2018 ਤੱਕ ਲਿਆ ਜਾਣਾ। ਟਾਈਪਿੰਗ ਟੈਸਟ ਸੰਬੰਧੀ ਉਮੀਦਵਾਰਾਂ ਵੱਲੋਂ ਵੱਖ ਵੱਖ ਮੁੱਦਿਆਂ ਉੱਤੇ ਸਥਿਤੀ ਸਪੱਸ਼ਟ ਕਰਨ ਲਈ ਪੰਜਾਬ SSS ਬੋਰਡ ਨੂੰ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਸਨ। ਸੋ ਇਹਨਾਂ ਬੇਨਤੀਆਂ ਦੇ ਦੁਆਰਾ ਹੀ ਟਾਈਪਿੰਗ ਟੈਸਟ ਸੰਬੰਧੀ ਉਠਾਏ ਗਏ ਮੁੱਦਿਆਂ ਸੰਬੰਧੀ ਪੰਜਾਬ SSS ਬੋਰਡ ਨੇ ਸਥਿਤੀ ਸਪੱਸ਼ਟ ਕੀਤੀ ਹੈ। ਆਓ ਗੱਲ ਕਰਦੇ ਹਾਂ ਇਹਨਾਂ ਮੁੱਦਿਆਂ ਬਾਰੇ। ਪਹਿਲਾ ਮੁੱਦਾ ਇਹ ਸੀ ਕਿ ਇੱਕ ਚੁੱਕ ਦੇ ਵਿੱਚ 32 ਤੋਂ 34 ਵਰਡ ਹੁੰਦੇ ਹਨ ਅਤੇ ਜੇ ਉਹ 10 ਚੁੱਕ ਪੂਰਾ ਕਰਦਾ ਹੈ ਤਾਂ 1600 ਕਰੈਕਟਰ ਬਣਦੇ ਹਨ। ਇਸ ਹਿਸਾਬ ਦੇ ਨਾਲ ਉਹ ਟੈਸਟ ਕਲੀਅਰ ਕਰ ਲੈਂਦਾ ਹੈ। ਇਸ ਸੰਬੰਧੀ ਸਪੱਸ਼ਟੀਕਰਨ ਕੀਤਾ ਹੈ ਕਿ ਜੇ ਕੋਈ ਕੈਂਡੀਡੇਟ 9 ਚੁੱਕ ਨੂੰ ਪੂਰਾ ਕਰਦਾ ਹੈ ਅਤੇ ਉਸ ਦੇ 1500 ਤੋਂ ਘੱਟ ਕਰੈਕਟਰ ਬਣਦੇ ਹਨ, ਸੋ ਇਸ ਹਿਸਾਬ ਨਾਲ 10 ਚੁੱਕ ਨੂੰ ਪੂਰਾ ਕਰਨਾ ਜ਼ਰੂਰੀ ਹੈ। ਇਸ ਨਾਲ ਤੁਹਾਡੇ 1500 ਤੋਂ ਵੱਧ ਕਰੈਕਟਰ ਬਣਦੇ ਹਨ। ਅਗਲਾ ਮੁੱਦਾ ਇਹ ਸੀ ਕਿ ਜਿਸ ਤਰ੍ਹਾਂ ਅਸੀਂ ਅਲਰਟ +0147 ਪਾਉਂਦੇ ਹਾਂ ਤਾਂ ਕੀ ਇਸ ਦੇ ਜ਼ਿਆਦਾ ਕਰੈਕਟਰ ਬਣਦੇ ਹਨ? ਨਹੀਂ ਦੋਸਤੋ, ਇਸ ਨਾਲ ਸਿਰਫ 1 ਕਰੈਕਟਰ ਹੀ ਬਣਦਾ ਹੈ। ਜਿਹੜਾ ਅਗਲਾ ਮੁੱਦਾ ਹੈ ਜੀ, ਉਸ ਤੋਂ ਕੈਂਡੀਡੇਟ ਬਹੁਤ ਹੀ ਪਰੇਸ਼ਾਨ ਸਨ। ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਤਰ੍ਹਾਂ 1 ਕਰੈਕਟਰ ਪੈਣਗੇ, ਜਿਸ ਤਰ੍ਹਾਂ ਜਿੱਜੇ ਪੈਰ ਦੇ ਬਿੰਦੀ, ਇਹ ਕਿਸ ਤਰ੍ਹਾਂ ਸਹੀ ਹੋਵੇਗਾ, ਕਿਸ ਤਰ੍ਹਾਂ ਸਹੀ ਨਹੀਂ ਹੋਵੇਗਾ। ਜਿਸ ਤਰ੍ਹਾਂ ਤੁਸੀਂ ਅਲਰਟ ਰਾਈਟ ਅਲਰਟ +P ਪਾਉਂਦੇ ਸਾਂ, ਜਿੱਜੇ ਪੈਰ ਦੇ ਵਿੱਚ ਬਿੰਦੀ ਪੈਂਦੀ ਹੈ। ਜੇਕਰ ਤੁਸੀਂ ਕੰਟਰੋਲ +ALERT+P ਪਾਉਂਦੇ ਸਾਂ ਤਾਂ ਵੀ ਜਿੱਜੇ ਪੈਰ ਦੇ ਵਿੱਚ ਬਿੰਦੀ ਪੈਂਦੀ ਹੈ। ਇਹਨਾਂ ਦੋਨਾਂ ਵਿੱਚੋਂ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਹੜਾ ਸਹੀ ਹੈ ਜਾਂ ਕਿਹੜਾ ਗਲਤ ਹੈ। ਇਸ ਸੰਬੰਧੀ ਸਪੱਸ਼ਟ ਕੀਤਾ ਹੈ ਕਿ ਕਰੈਕਟਰ ਜਿਹੜਾ ਹੈ ਉਹ ਪ੍ਰੋਪਰਲੀ ਪੈਣਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਕੀ ਤੋਂ ਕਿਉਂ ਨਾ ਪਵੇ। ਟਾਈਪਿੰਗ ਟੈਸਟ ਦੇ ਵਿੱਚ ਇਹ ਕੁਝ ਮੈਟਰ ਨਹੀਂ ਕਰੇਗਾ ਕਿ ਤੁਸੀਂ ਪੈਰ ਦੇ ਵਿੱਚ ਬਿੰਦੀ ਕਿਸ ਤਰੀਕੇ ਨਾਲ ਪਾਈ ਹੈ, ਚਾਹੇ ਉਹ ਤੁਸੀਂ ਕਿਸੇ ਵੀ ਕੀ ਨੂੰ ਯੂਜ਼ ਕੀਤਾ ਹੋਵੇ। ਅਗਲਾ ਮੁੱਦਾ ਇਹ ਹੈ ਜੀ ਕਿ ਜਿਹੜਾ ਉੱਥੇ ਕੀਬੋਰਡ ਵਰਤਿਆ ਜਾਣਾ ਹੈ ਉਹ ਕਿਸ ਤਰ੍ਹਾਂ ਹੋਵੇਗਾ। ਉਹਨਾਂ ਸਪੱਸ਼ਟੀਕਰਨ ਕੀਤਾ ਹੈ ਕਿ ਜਿਹੜਾ ਕੀਬੋਰਡ ਤੁਹਾਨੂੰ ਉੱਥੇ ਦਿੱਤਾ ਜਾਵੇਗਾ ਉਹ ਨੋਰਮਲ ਕੀਬੋਰਡ ਹੋਵੇਗਾ ਅਤੇ ਜੇਕਰ ਤੁਸੀਂ ਉਸ ਨੂੰ ਚੇਂਜ ਕਰਨਾ ਚਾਹੋ ਤਾਂ ਚੇਂਜ ਵੀ ਕਰ ਸਕਦੇ ਹੋ। ਜਿਹੜੀ ਸੋਫਟਵੇਅਰ ਦੀ ਡੈਮੋ ਹੈ ਉਹ ਜਲਦੀ ਹੀ ਅਪਲੋਡ ਕੀਤੀ ਜਾਵੇਗੀ ਅਤੇ ਜਿਸ ਤੋਂ ਤੁਸੀਂ ਆਈਡੀਆ ਸੋਫਟਵੇਅਰ ਦਾ ਆਈਡੀਆ ਲਗਾ ਸਕਦੇ ਹੋ। ਇਸ ਡੈਮੋ ਦੇ ਵਿੱਚ ਤੁਹਾਨੂੰ ਤਕਰੀਬਨ 100 ਵਰਡ ਦਿੱਤਾ ਜਾਵੇਗਾ ਜਿਸ ਨੂੰ ਟਾਈਪ ਕਰਕੇ ਤੁਸੀਂ ਆਪਣੇ ਸੋਫਟਵੇਅਰ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬੀ ਦਾ ਅਤੇ ਇੰਗਲਿਸ਼ ਦਾ ਟਾਈਪਿੰਗ ਟੈਸਟ ਤੁਹਾਨੂੰ ਆਵੇਗਾ।